ਜੇ ਐਟਮ ਬੰਬ ਬਣਾਇਆ ਹੈ। ਇਹ ਸਿਰਫ ਕਦਮ ਇਤਨਾ ਵੱਡਾ ਉਹਾ ਚਾ ਸਕਦੇ ਜੇ ਕੋ ਪਤਾ ਹੋਵੇ ਕਿ ਮੈਂ ਆਵਾਮ ਵਿੱਚੋਂ ਹਾਂ ਤੇ ਆਵਾਮ ਦੀ ਤਾਕਤ ਮੇਰੇ ਨਾਲ ਹੈ। ਮੈਂ ਅਗਰ ਕੋਈ ਵੱਡਾ ਫੈਸਲਾ ਕਰੇ ਸਾਂ ਆਵਾਮ ਮੇਰੇ ਨਾਲ ਕਰਸੀ। ਉਹਨੇ ਹੂ ਵੇਲੇ ਏਅਰ ਚੀਫ ਨੂੰ ਸੱਦਿਆ, ਉਹਨੇ ਆਖਿਆ ਕਿ ਜਨਾਬ ਇਹ ਕੁਝ ਮੁਲਕ ਨਾਲ ਥੀਂਦਾ ਪਏ, ਤੁਸੀਂ ਫੌਰੀ ਤੌਰ ਤੇ F-16 ਨੂੰ ਹਰਕਤ ਵਿੱਚ ਗਿਣਾਓ। 12 ਘੰਟਿਆਂ ਦੇ ਅੰਦਰ ਅੰਦਰ ਮੇਰੇ ਕੋ ਪੂਰੀ ਸਰਵੇ ਰਿਪੋਰਟ ਚਾਹੀਦੀ ਹੈ ਇੰਡੀਆ ਦੀ ਕਿ ਕਿੱਥਾ ਕਿੱਥਾ ਉਹਨਾਂ ਦੇ ਐਟਮੀ ਮਿਜ਼ਾਈਲ ਔਰ ਐਟਮੀ ਅੱਡੇ ਹਨ, ਔਰ ਇੱਕੀ ਰਾਤ ਮੇਰੇ ਕੋ ਸਾਰਾ ਅਟੈਕ ਚਾਹੀਦਾ। ਜਿਵੇਂ ਇਹ ਚੀਜ਼ ਸਹੀ ਸਾਡੇ F-16 ਇੰਡੀਆ ਦੀ ਫਿਜ਼ਾ 'ਚ ਪਹੁੰਚੇ, ਅਮਰੀਕਾ ਕੋ ਪਤਾ ਚੱਲਾ, ਚੀਖ ਉੱਠਾ, ਇਸਰਾਇਲ ਚੀਖ ਉੱਠਾ, ਇੰਡੀਆ ਚੀਖ ਉੱਠਾ, ਭਜਦੇ ਇਸਾਕ ਖਾਨ ਕੋਲ ਪਹੁੰਚੇ ਉਹਨਾਂ ਦਾ ਅੰਬੈਸਡਰ। ਇਸਾਕ ਖਾਨ ਨੇ ਆਖਿਆ ਜਨਾਬ ਮੇਰੇ ਹੱਥ ਖੜੇ ਹਨ, ਇਹ ਵਜ਼ੀਰ ਆਜ਼ਮ ਦਾ ਕੰਮ ਹੈ। ਜੇ ਵੇਲੇ ਮੁਹਤਰਮਾ ਨਾਲ ਰਾਬਤਾ ਥਿਆ, ਉਹ ਆਖੇ ਜਨਾਬ ਮੇਰੇ ਕੋ ਆਪਣੀ ਕੌਮ ਜ਼ਿਆਦਾ ਅਜ਼ੀਜ਼ ਹੈ। ਇੱਕ ਨਾਂ ਦਾ ਮੁਕਾਬਲਾ ਹੋ ਸੀ, 1 ਕਰੋੜ ਆਵਾਮ ਮਰੇ ਸੋ 10 ਕਰੋੜ ਆਵਾਮ ਮਰੇ ਸਾਂ, ਇਹਦੀ ਸਜ਼ਾ ਵਾਸਤੇ ਵੀ ਮੈਂ ਤਿਆਰ ਹਾਂ। ਉਹ ਵੇਲੇ ਅਮਰੀਕਾ ਨੇ ਫੈਸਲਾ ਕੀਤਾ ਕਿ ਜਨਾਬ ਮੁਹਤਰਮਾ ਜਿਹੀ ਵਜ਼ੀਰ ਆਜ਼ਮ ਸਾ ਕੋਈ ਮੁਲਕ ਦੇ ਅੰਦਰ ਨਹੀਂ ਚਾਹੀਦੀ, ਔਰ ਇਹ ਜੁਰਮ ਦੇ ਵਿੱਚ ਮੁਲਕ ਨੂੰ ਬਚਾਵਣ ਦੇ ਜੁਰਮ ਵਿੱਚ ਉਹਨਾਂ ਨੂੰ ਇਕਤਦਾਰ ਤੋਂ ਲਾ ਦਿੱਤਾ ਗਿਆ। ਇਹ ਨੈਟ ਉੱਤੇ ਸਰਦਾਰ ਸਾਹਿਬ ਤੁਸੀਂ ਉਹਦਾ ਇੰਟਰਵਿਊ ਸੁਣ ਸਕਦੇ ਹੋ ਉਹ ਸਾਰੀ। ਇਹ ਮੈਂ ਜਨਾਬ ਦੇ ਇਲਮ ਵਿੱਚ ਇਜ਼ਾਫਾ ਚਾਹੁੰਦਾ। ਮੈਂ ਆਖਰੀ ਇੱਕ ਦਫਾ ਤੁਹਾਡੇ ਤਮਾਮ ਬਿਰਾਵਾਂ ਦਾ ਸ਼ੁਕਰੀਆ ਅਦਾ ਕਰੇਨਾ ਔਰ ਤੁਹਾਨੂੰ ਮੁਬਾਰਕ ਦੇਣਾ ਕਿ ਇਹ ਤੁਸੀਂ ਇੱਕ ਐਸੀ ਪਾਰਟੀ, ਇਤਨੀ ਵੱਡੀ ਪਾਰਟੀ ਜਿਹਦਾ ਵਜੂਦ 50 ਸਾਲ ਤੋਂ ਕਿਹੜੇ ਕਿਹੜੇ ਵੱਡੇ ਇੱਥਾਂ ਆਮੇ ਰਹਿਮ ਖਤਮ ਕਰਨ ਦੀ ਖਾਤਰ, ਜ਼ਿਆਉਲ ਹੱਕ ਆਏ, ਮੁਸ਼ਰਫ ਆਏ, ਯਾਹਿਆ ਖਾਂ, ਕੋਈ ਖਤਮ ਨਹੀਂ ਕਰ ਸਕਾ ਇਹ ਪਾਰਟੀ ਕੋ। ਅੱਲਾ ਦੇ ਫਜ਼ਲ ਨਾਲ ਅੱਜ ਇਹ 50 ਸਾਲ ਦੀ ਥੀ ਬਣਾ ਲਈ ਹੈ। ਈ ਪਾਰਟੀ ਦਾ ਅਹੁਦਾ ਤੁਹਾਨੂੰ ਮਿਲੇ, ਤੁਸਾਂ ਖੁਸ਼ਕਿਸਮਤ ਹੀ ਵੇ, ਇਨਸ਼ਾਅੱਲਾ ਤਾਲਾ ਅਸਾਂ ਤੁਸਾਂ ਇਕੱਠੇ ਹੋਸੂ, ਇਕੱਠੇ ਮਿਲ ਕੇ ਕੰਮ ਕਰੇ ਸੂ, ਔਰ ਈ ਪਾਰਟੀ ਕੋ ਅਸਾਂ ਕੋਸ਼ਿਸ਼ ਕਰੇ ਸੂ ਕਿ ਗਲੀ ਗਲੀ ਦੇ ਵਿੱਚ, ਅਸਾਂ ਮੁਹੱਲਿਆਂ ਦੇ ਵਿੱਚ, ਦਿਹਾਤਾਂ ਦੇ ਅੰਦਰ ਅਸਾਂ ਈ ਪਾਰਟੀ ਕੋ ਗਿਣ ਕੇ ਵੇਸੂ। ਤਮਾਮ ਪਾਰਟੀਆਂ ਜਿਹੜੀਆਂ ਤੁਸਾਂ ਦੇਖੋ ਉਹਨਾਂ ਦੇ ਜਿੱਤੀ ਮਨਸੂਬੇ ਆਏ ਸਭ ਨਾਕਾਮ ਠੀਕ ਹੈ, ਕਿ ਉਹ ਸਿਰਫ ਆਈਆਂ ਹਨ ਲੁੱਟ ਪੱਟ ਖਾਵਣ ਦੀ ਖਾਤਰ। ਪਾਕਿਸਤਾਨ ਪੀਪਲਸ ਪਾਰਟੀ ਨੇ ਆਪਣਾ ਖੂਨ ਦਿੱਤੇ, ਬੀਬੀ ਦਾ ਪੈਸਾ ਅੱਜ ਇਕਤਦਾਰ ਕੋਲ ਥਾ, ਪੀਪਲਸ ਪਾਰਟੀ ਕੋ 5 ਸਾਲ ਥੀ ਗਏ, ਮਗਰ ਅੱਜ ਹੀ ਗਲੀ ਮੁਹੱਲਿਆਂ ਦੇ ਵਿੱਚ ਬੀਬੀ ਦਾ ਇਨਕਮ ਸਪੋਰਟ ਪ੍ਰੋਗਰਾਮ ਚੱਲਦਾ ਪਿਆ। ਕਿਆ ਇਹ ਪੀਪਲਸ ਪਾਰਟੀ